ਹੈਲੋ ਜੀ, ਗੁੱਡ ਮਾਰਨਿੰਗ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ। ਇਹ ਸਵੇਰ ਦੇ 5 ਵੱਜ ਚੁੱਕੇ ਨੇ, ਅੱਜ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ ਮੱਥਾ ਟੇਕਣ ਜੀ, ਅਤੇ ਚਲੋ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰੋ ਜੀ। ਸਾਨੂੰ ਇੱਥੋਂ ਗੁਰਦੁਆਰਾ ਥੋੜ੍ਹੀ ਦੂਰ ਪੈ ਜਾਂਦਾ ਜੀ, ਪੈਦਲ ਜਾਣ ਨਾਲ ਟਾਈਮ ਲੱਗ ਜਾਂਦਾ, ਇਸ ਕਰਕੇ ਗੱਡੀ ਵਿੱਚ ਹੀ ਜਾ ਰਹੇ ਹਾਂ ਜੀ। ਅਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ, ਚਲੋ ਅੰਦਰ ਚੱਲਦੇ ਹਾਂ ਜੀ, ਮੱਥਾ ਟੇਕਦੇ ਹਾਂ। ਸਵੇਰੇ ਸਵੇਰੇ ਸਾਰੀ ਸੰਗਤ ਆ ਰਹੀ ਹੈ ਜੀ ਮੱਥਾ ਟੇਕਣ। ਸਵੇਰੇ ਜੇ ਆਪਾਂ ਸਵੇਰੇ ਸਵੇਰੇ ਵਾਹਿਗੁਰੂ ਦੇ ਦਰਸ਼ਨ ਕਰ ਲਈਏ ਤਾਂ ਆਪਣਾ ਸਾਰਾ ਦਿਨ ਵਧੀਆ ਲੰਘਦਾ ਜੀ। ਹੁਣ ਜੀ ਮੈਂ ਦਹੀਂ ਜਮਾਉਣ ਲੱਗੀ ਹਾਂ, ਗਰਮ ਕਰਕੇ ਜਾਗ ਲਾਵਾਂਗੇ, ਬਾਕੀ ਦਾ ਦੁੱਧ ਫਰਿੱਜ 'ਚ ਰੱਖ ਦਿੰਦੇ ਹਾਂ। ਇਹ ਜੀ ਤੁਹਾਨੂੰ ਬਾਹਰ ਝਾੜੂ ਦੀ ਆਵਾਜ਼ ਆ ਰਹੀ ਹੈ ਜਿਹੜੀ, ਇਹ ਬਾਹਰ ਸਫਾਈ ਵਾਲੇ ਲੱਗੇ ਹੋਏ ਨੇ ਜੀ ਵਰਕਰ, ਉਸ ਰੋਜ਼ ਝਾੜੂ ਲਾ ਕੇ ਜਾਂਦੇ ਨੇ ਜੀ, ਉਹਦੀ ਆਵਾਜ਼ ਆ ਰਹੀ ਹੈ। ਅਤੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਅਤੇ ਹੁਣ ਬੱਚੇ ਪਾਸਤਾ ਬਣਾ ਰਹੇ ਨੇ ਜੀ, ਰੈੱਡ ਸੌਸ ਪਾਸਤਾ।
ਇੱਥੇ ਜੀ ਆਪਣਾ ਪਾਸਤਾ ਬਣ ਕੇ ਤਿਆਰ ਹੋ ਗਿਆ ਅਤੇ ਹੁਣ ਬੱਚਿਆਂ ਨੂੰ ਦਿੰਦੇ ਹਾਂ ਜੀ ਖਾਣ ਲਈ। ਅਤੇ ਜੀ ਮੈਂ ਬਾਜ਼ਾਰ ਗਈ ਸੀ, ਥੋੜ੍ਹਾ ਜਿਹਾ ਸਮਾਨ ਲਿਆਂਦਾ ਜੀ, ਦਿਖਾਉਂਦੇ ਜੀ ਤੁਹਾਨੂੰ ਕੀ ਕੀ ਲਿਆਂਦਾ। ਇਹ ਜੁਗਨੂੰ ਦੇ ਜੀ ਐਕਸਰਸਾਈਜ਼ ਕਰਨ ਲਈ ਥੋੜ੍ਹੇ ਜਿਹੇ ਕੱਪੜੇ ਲਿਆਂਦੇ ਨੇ, ਟੀ ਸ਼ਰਟਾਂ, ਲੋਅਰਾਂ ਜੀ ਡਰਾਈ ਫਿੱਟ ਦੀਆਂ। ਇਹ ਜੀ ਇੱਕ ਪਿੱਲੋ ਲਿਆਂਦਾ ਸੀ, ਇਹ ਦੋ ਚਾਦਰਾਂ ਲਿਆਂਦੀਆਂ ਸੀ ਜੀ, ਸਿੰਗਲ ਚਾਦਰ ਬੈੱਡਸ਼ੀਟ। ਇੱਥੇ ਜੀ ਵੀਡੀਓ ਦਾ ਐਂਡ ਕਰਦੇ ਹਾਂ ਜੀ, ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ।